ਪੰਜਾਬ ਦੇ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਗੁਰੂ ਨਗਰੀ ਅੰਮ੍ਰਿਤਸਰ ਸਾਈ ਪਹੁੰਚੇ ਜਿੱਥੇ ਉਹ ਨਾਗ ਗੁੰਟਾਲਾ ਬਾਈਪਾਸ ਤੇ ਪਹਾ ਜਾ ਰਹੇ ਸ਼ਿਵਰਸ ਪ੍ਰੋਜੈਕਟ ਦਾ ਜਾਇਜ਼ਾ ਲਿਆ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਸਾਲ 2012 ਤੋਂ ਸ਼ੁਰੂ ਹੋਇਆ ਇਹ ਪ੍ਰੋਜੈਕਟ ਅੱਜ ਤੱਕ ਅਧੂਰਾ ਹੈ ਇਸ ਦੌਰਾਨ ਉਹਨਾਂ ਪ੍ਰੋਜੈਕਟ ਦੇ ਚੀਫ ਇੰਜੀਨੀਅਰ ਦੀ ਕਲਾਸ ਲਗਾ ਚੱਡੀ ਉਹਨਾਂ ਨੇ ਕਿਹਾ ਕਿ ਕਾਰਜ ਅਧੂਰਾ ਰਹਿਣ ਦੇ ਮਾਮਲੇ ਵਿੱਚ ਵਿਭਾਗੀ ਜਾਂਚ ਕੀਤੀ ਜਾਏਗੀ ਅਤੇ ਜੇ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਨਹੀਂ ਬਖਸ਼ਿਆ ਜਾਏਗਾ ਠੀਕ ਹੈ ਉਸ ਤੋਂ ਬਾਅਦ ਕੀ ਤੇ ਨਵਾਂ ਪ੍ਰੋਜੈਕਟ ਤੇ ਮਹੀਨਾ ਹੋਇਆ ਨਹੀਂ ਨਹੀਂ ਇਹਦੇ ਵਿੱਚ ਆ ਕੀਤਾ ਸਾਰਾ ਰੁਪਈਆ ਆ ਦੇਖੋ ਹੁਣ ਬੋਰਡ ਇਹ ਜਿਹੜਾ ਸਾਡੀ ਹਦਾਇਤ ਦੇ ਉੱਤੇ ਲੱਗੇ ਆ ਇਹ ਹਰ ਥਾਂ ਦੇ ਉੱਤੇ ਹਰੇਕ ਨਵਾਂ ਪ੍ਰੋਜੈਕਟ ਜਿਹੜਾ ਸ਼ੁਰੂ ਹੋਊਗਾ ਇਹ ਬੋਰਡ ਲੱਗੇ ਹੋਣਗੇ ਜੇ ਇਹ ਬੋਰਡ ਲੱਗੇ ਹੁੰਦੇ ਇੱਕ ਹੈ ਠੇਕੇਦਾਰ ਦਾ ਨਾਂ ਹੁੰਦਾ ਮਤਲਬ ਤੁਸੀਂ 100-100 ਕਰੋੜ ਰੁਪਈਆ 50-50 ਕਰੋੜ ਰੁਪਈਆ ਅਫਸਰਾਂ ਨੂੰ ਦੇਤਾ ਤੇ ਤੁਹਾਨੂੰ ਇਹ ਨਹੀਂ ਪਤਾ ਬਈ ਉਹ ਕਿਹੜੀ ਕੰਪਨੀ ਸੀ ਕਦੋਂ ਪੈਸੇ ਖਾ ਰਹੀ ਸੀ ਔਰ ਕਦੋਂ ਭੱਜ ਗਈ ਮਤਲਬ ਕਿਸੇ ਸਵਾਲ ਦਾ ਜਵਾਬ ਦੇ ਸਕਿਆ ਚੀਫ ਇੰਜੀਨੀਅਰ ਸਾਹਿਬ ਆ ਦੇਖੋ ਇੰਜੀਨੀਅਰ ਸਾਹਿਬ ਇਹਨਾਂ ਨੂੰ ਪੁੱਛੋ ਤੁਸੀਂ ਪੁੱਛੋ ਇਹਨਾਂ ਨੂੰ ਕਿ ਭਾਈ ਸਰਕਾਰੀ ਪੈਸੇ ਸੀ 50-50 ਕਰੋੜ ਰੁਪਈਆ ਤੁਸੀਂ ਅਲਾਟ ਕੀਤਾ 100-100 ਕਰੋੜ ਰੁਪਈਆ 600 ਕਰੋੜ ਰੁਪਈਏ ਦਾ ਪ੍ਰੋਜੈਕਟ ਸੀ ਤੇ ਕੰਪਨੀਆਂ ਭੱਜ ਗਈਆਂ ਇੱਥੇ ਧਰਤੀ ਦੇ ਉੱਤੇ ਕੁਝ ਹੈ ਨਹੀਂ ਛੋਟੇ ਛੋਟੇ ਖੱਡੇ ਪਟਕੇ ਆ ਗਏ ਜਾਪਾਨੀਆਂ ਦਾ ਪ੍ਰੋਜੈਕਟ ਲੱਗਦਾ ਕੰਪਨੀਆਂ ਸਾਰੀਆਂ ਫਰਜੀ ਸੀ ਫਿਰ ਇਹ ਤੇ ਹੁਣ ਇਹ ਦੱਸਣਗੇ ਮੈਂ ਤੇ ਸਾਰੀ ਇਨਕੁਆਇਰੀ ਮਾਰ ਕਰੂੰਗਾ ਔਰ ਜੜੇ ਜੜੇ ਅਫਸਰਾਂ ਨੇ ਜੜੇ ਜੜੇ ਅਫਸਰਾਂ ਨੇ ਇਹ ਕੀਤਾ ਉਹਨਾਂ ਤੇ